ਦੇਖੋ ਸਾਰਾ ਕੁਛ ਸਾਡਾ ਸਵਾ ਪੰਦਰਾਂ ਵੀਹ ਲੱਖ ਦਾ ਕਿੱਥੇ ਭਾਅ ਜੀ, ਲੱਖਾਂ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਗਿਆ ਜੀ ਭਾਅ ਜੀ, ਉਹਦੇ ਸਿਰ 'ਤੇ ਹੀ ਦੁਕਾਨਾਂ ਦੇ ਸਿਰ 'ਤੇ ਹੀ ਤੇ ਸਾਰੇ ਇੱਥੇ ਅੱਖਾਂ ਵਿੱਚ ਹੰਝੂ ਲਏ ਲੋਕ ਆਪਣੀ ਦੁਕਾਨਾਂ ਨੂੰ ਸੜਦੇ ਹੋਏ ਵੇਖ ਰਹੇ, ਪਰ ਕੁਝ ਨਹੀਂ ਕਰ ਸਕਦੇ। ਤੜਕਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ 50 ਤੋਂ ਵੱਧ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਉਸ ਵੇਲੇ ਦਾ ਕੀ ਮੰਜ਼ਰ ਸੀ। ਚਾਰੇ ਪਾਸੇ ਅੱਗ ਹੀ ਅੱਗ ਅਤੇ ਦੁਕਾਨਾਂ 'ਚੋਂ ਉੱਠਦੀਆਂ ਅੱਗ ਦੀਆਂ ਲਪਟਾਂ। ਅੱਗ ਇੰਨੀ ਭਿਆਨਕ ਸੀ ਕਿ ਸਾਰੀਆਂ ਦੁਕਾਨਾਂ ਵੇਖਦੇ ਹੀ ਵੇਖਦੇ ਸੜ ਕੇ ਸਵਾਹ ਹੋ ਗਈਆਂ। ਅੱਗ ਲੱਗਣ ਨਾਲ ਕਰੀਬ 10 ਗੈਸ ਸਿਲੰਡਰ ਵੀ ਫਟੇ ਤੇ 6 ਦੇ ਕਰੀਬ ਗੱਡੀਆਂ ਵੀ ਰਾਖ ਹੋ ਗਈਆਂ। ਧਮਾਕੇ ਦੀ ਆਵਾਜ਼ ਸੁਣ ਕੇ ਹੀ ਲੋਕ ਘਰਾਂ ਤੇ ਦੁਕਾਨਾਂ ਤੋਂ ਬਾਹਰ ਆਏ। ਲੋਕਾਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਜਿੰਨੀ ਦੇਰ ਨੂੰ ਫਾਇਰ ਬ੍ਰਿਗੇਡ ਪਹੁੰਚੀ ਉਨੀ ਦੇਰ ਨੂੰ ਤਾਂ ਸਭ ਕੁਝ ਸੜ ਕੇ ਸਵਾਹ ਹੋ ਚੁੱਕਾ ਸੀ, ਜਿਸ ਕਾਰਨ ਲੋਕਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਸਰ ਇੱਥੇ ਨਾ ਜੀ ਅੱਗ ਤਕਰੀਬਨ 2-2.5 ਘੰਟੇ ਤੋਂ ਅੱਗ ਲੱਗੀ ਹੋਈ ਹੈ ਜੀ, ਅਤੇ ਫਾਇਰ ਬ੍ਰਿਗੇਡ ਨੂੰ ਜਦੋਂ ਪਹਿਲੀ ਦੁਕਾਨ ਨੂੰ ਅੱਗ ਲੱਗੀ ਸੀ ਉਦੋਂ ਦਾ ਫੋਨ ਕੀਤਾ ਹੋਇਆ ਜੀ, ਅਤੇ ਤੁਸੀਂ ਦੇਖ ਲਓ ਵੀ ਪੂਰੀ ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਜੀ, ਅਤੇ ਇਹਨਾਂ ਨੂੰ ਫੋਨ 'ਤੇ ਫੋਨ ਫਾਇਰ ਬ੍ਰਿਗੇਡ ਕੋਈ ਨਹੀਂ, ਸਿਰਫ ਇੱਕ ਪੁਲਿਸ, ਪੰਜਾਬ ਪੁਲਿਸ ਆਪਣੀ ਮੌਕੇ 'ਤੇ ਪਹੁੰਚੀ ਹੈ ਜੀ, ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਜੀ ਫਾਇਰ ਬ੍ਰਿਗੇਡ ਦਾ। ਅਤੇ ਹੁਣ ਜਦੋਂ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈਆਂ ਜੀ, ਅੱਗ ਪੂਰੀ ਫੈਲ ਚੁੱਕੀ ਸੀਗੀ, ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਹੈ ਜੀ। ਵੀਰ ਜੀ, ਐਡਾ ਵੱਡਾ ਤਖ਼ਤ ਸਾਹਿਬ ਅਨੰਦਪੁਰ ਸਾਹਿਬ, ਜਿੱਥੋਂ ਲੱਖਾਂ ਦੇ ਹਿਸਾਬ ਨਾਲ ਦੁਨੀਆ ਦੇਸ਼ਾਂ ਵਿਦੇਸ਼ਾਂ ਤੋਂ ਅਨੰਦਪੁਰ ਸਾਹਿਬ 'ਚ ਨਮਸਤਕ ਹੁੰਦੀ ਆ ਗਏ, ਪਰ ਐਡੇ ਵੱਡੇ ਸ਼ਹਿਰ ਦੇ ਵਿੱਚ ਇੱਕ ਸਿਰਫ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਨਹੀਂ ਹੈ। ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ, ਕਿਸੇ ਦੀ ਦੁਕਾਨਾਂ ਨੂੰ ਅੱਗ ਲੱਗ ਜਾਵੇ, ਕੋਈ ਬੰਦੋਬਸਤ ਨਹੀਂ ਹੈਗਾ ਜੀ ਐਡੇ ਵੱਡੇ ਸ਼ਹਿਰ ਦੇ ਵਿੱਚ। ਇਹ ਤਕਰੀਬਨ 2:30 ਵਜੇ ਜੋ ਅੱਗ ਦਾ ਸਿਲਸਿਲਾ ਸ਼ੁਰੂ ਹੋਇਆ, ਅਤੇ ਪਹਿਲੀ ਦੁਕਾਨ ਤੋਂ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਤੀ ਸੀ ਸਿਟਿੰਗ ਜੱਜ ਸਾਹਿਬ ਨੇ, ਤਾਂ ਕੋਈ ਉਹਨਾਂ ਦੀ ਇੱਕ ਐਕਸ਼ਨ ਨਹੀਂ ਕੀਤਾ, ਸਿਰਫ 2.5 ਘੰਟੇ ਤੋਂ ਬਾਅਦ ਆਏ ਹੈ। ਅਤੇ ਪਹਿਲੇ ਬਾਅਦ 10 ਦੁਕਾਨਾਂ, ਇੱਕ ਦੁਕਾਨ ਨੂੰ ਅੱਗ ਲੱਗਦੀ ਹੈ ਅਤੇ ਹੋਰ ਸਾਰੀ ਲੱਗ ਗਈ। ਜੇ ਮਾਰ ਫਾਇਰ ਬ੍ਰਿਗੇਡ ਇੱਥੇ ਹੁੰਦੀ ਹੈ ਅਤੇ ਸਾਡੇ ਕਿਸੇ ਰਾਜ ਦੁਕਾਨ ਲੱਗ ਰਹੀ ਸੀ, ਅੱਗ ਹੀ ਲੱਗ ਰਹੀ ਸੀ, ਅਤੇ ਮੁੰਡੇ ਸੀ ਉੱਥੇ ਸਾਰੇ 8-8, 9-9 ਦੁਕਾਨ। ਕਿੰਨਾ ਨੁਕਸਾਨ ਹੋਇਆ? ਨੁਕਸਾਨ ਬਹੁਤ ਹੈ ਜੀ। ਦੇਖੋ ਜੂਨ ਮਹੀਨਾ ਸ਼ੁਰੂ ਹੋਇਆ ਛੁੱਟੀਆਂ ਦਾ ਜੀ, ਸਭ ਆਪਣਾ ਮਾਲ ਅਤੇ ਮਾਲ ਲਿਆ ਕੇ ਦੁਕਾਨਾਂ ਭਰਿਆ ਕਰਦੇ। ਪਤਾ ਲੱਗਿਆ ਸੁੱਤੇ ਵੇ ਭੱਜੇ ਆਏ ਅਸੀਂ, ਜਾਂ ਦੇਖਿਆ ਇੱਥੇ ਪਹਿਲਾਂ ਉਹ ਪਾਰਲੀ ਮਾਰਕੀਟ 'ਚ ਚੀਜ਼ ਲੱਗੀ ਵੀ ਲੱਗਦੀ ਕਿਸੇ ਨਾਲ ਕੋਈ ਉਹ ਨਹੀਂ ਕੀਤੀ, ਹੈਲਪ ਨਹੀਂ ਕੀਤੀ, ਜਾਂ ਉਹਨੇ ਚਿਹਨੂੰ ਸਾਡੀਆਂ ਦੁਕਾਨਾਂ ਬਚ ਜਾਣੀਆਂ ਦੀਆਂ, ਦੇਖਦੇ ਸਾਰਾ ਕੁਛ ਸੜ ਕੇ ਤਬਾਹ ਹੋ ਗਏ। ਕੋਈ ਪ੍ਰਬੰਧ ਨਹੀਂ, ਪਾਣੀ ਵਾਲੀ ਗੱਡੀ ਕੋਈ ਨਹੀਂ ਆਈ ਆ, ਹੁਣ ਆਈ ਗੱਡੀ ਤਾਂ 1.5 ਘੰਟਾ ਹੋਇਆ ਜੀ ਆਈ, ਸਾਰਾ ਕੁਛ ਸੜ ਸਵਾ। ਘਰ ਵਾਲੇ ਦੀ ਵੀ ਡੈਥ ਹੋ ਗਈ ਪਿੱਛੇ ਜੇ 6 ਮਹੀਨੇ ਹੋਏ, ਇੰਨੇ ਇੰਨੇ ਕਰਜ਼ੇ ਚੱਕ ਕੇ ਅਸੀਂ ਸਮਾਨ ਪਾਇਆ ਵਾ, 15-20 ਲੱਖ ਦਾ ਕਿੱਥੇ ਭਾਅ ਜੀ, ਲੱਖਾਂ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਗਿਆ ਜੀ ਭਾਅ ਜੀ, ਉਹਦੇ ਸਿਰ 'ਤੇ ਹੀ ਦੁਕਾਨਾਂ ਦੇ ਸਿਰ 'ਤੇ ਹੀ ਤੇ ਸਾਰੇ ਇੱਥੇ। ਆਪ ਚਲਾਉਂਦੇ ਦੁਕਾਨਾਂ ਜੀ? ਹਾਂਜੀ, ਬੇਟਾ ਚਲਾਉਂਦਾ। ਸਾਨੂੰ ਤਾਂ ਕੋਈ ਹੋਰ ਸਹੂਲਤ ਵੀ ਨਹੀਂ। ਹਾਂਜੀ, ਬੱਚਿਆਂ ਨੂੰ ਛੁੱਟੀਆਂ? ਹਾਂਜੀ, ਬੱਚਿਆਂ ਨੂੰ ਛੁੱਟੀਆਂ ਹੁਣ ਹੋਈਆਂ, ਹੁਣ ਛੁੱਟੀਆਂ ਪਹਿਲੀ ਤੋਂ ਹੁਣ ਕੰਮ ਸ਼ੁਰੂ ਹੋ ਗਏ ਸੀਗੇ ਲੋਕਾਂ ਦੇ। ਹਾਂਜੀ ਸਭ। ਇਸ ਅੱਗ ਨੇ ਹਜ਼ਾਰਾਂ ਲੋਕਾਂ ਦੇ ਇਹਨਾਂ ਦੁਕਾਨਾਂ ਰਾਹੀਂ ਚੱਲਣ ਵਾਲੇ ਚੁੱਲ੍ਹੇ ਬੁਝਾ ਦਿੱਤੇ ਤੇ ਕਰੀਬ 300 ਪਰਿਵਾਰ ਰੋਟੀ ਤੋਂ ਵੀ ਆਵਾਜ਼ਾਰ ਹੋ ਗਏ। ਦੁਕਾਨਦਾਰ ਤੇ ਉਹਨਾਂ ਦੇ ਪਰਿਵਾਰ ਵਾਲੇ ਆਪਣੀਆਂ ਅੱਖਾਂ ਸਾਹਮਣੇ ਆਪਣੀਆਂ ਦੁਕਾਨਾਂ ਨੂੰ ਸੜਦੇ ਵੇਖ ਰਹੇ ਸਨ।
ਉਹਨਾਂ ਦੀਆਂ ਅੱਖਾਂ ਤੋਂ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ। ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੇ ਕਰਮਚਾਰੀਆਂ ਦੀ ਮਦਦ ਨਾਲ ਦੁਕਾਨਾਂ ਤੇ ਘਰਾਂ ਅੰਦਰ ਸੋਰੇ ਲੋਕਾਂ ਨੂੰ ਬਾਹਰ ਕੱਢਿਆ, ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋ ਪਾਇਆ। ਇਹ ਤਕਰੀਬਨ 3:15 ਦੀ ਘਟਨਾ ਜੀ, ਮਤਲਬ ਕਾਫੀ ਦੁਕਾਨਾਂ ਜਿਹੜੀ ਅੱਗ ਲੱਗੀ ਆ, ਸਿਲੰਡਰ ਸਿਲੰਡਰ ਵੀ ਵਿੱਚ ਫਟੇ ਨੇ। ਜਾਨੀ ਨੁਕਸਾਨ ਤੋਂ ਬਚਾ ਰਿਹਾ, ਮਾਲੀ ਨੁਕਸਾਨ ਬਹੁਤ ਹੋਇਆ। ਤਖ਼ਤ ਸਾਹਿਬ ਵੱਲੋਂ ਵੀ ਟੈਂਕਰਾਂ ਨਾਲ ਮੁਲਾਜ਼ਮ ਬੁਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਜਿਹੜੀ ਇੰਨੀ ਬੇਕੰਟਰੋਲ ਸੀ ਵੀ ਬੇਕਾਬੂ ਸੀ, ਬੁਝਾਉਣਾ ਬਹੁਤ ਮੁਸ਼ਕਲ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰਤ ਪ੍ਰਸ਼ਾਸਨ ਵੀ ਇੱਥੇ ਆਪ ਪਹੁੰਚਿਆ। ਫਾਇਰ ਬ੍ਰਿਗੇਡ ਗੱਡੀਆਂ ਲਈ ਨੰਗਲ ਅਤੇ ਘਨੌਲੀ ਟੈਲੀਫੋਨ ਕੀਤੇ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਥੋੜ੍ਹੀਆਂ ਜਿਹੀਆਂ ਲੇਟ ਹੋਣ ਕਰਕੇ ਜਿਹੜਾ ਨੁਕਸਾਨ ਜ਼ਿਆਦਾ ਹੋ ਗਿਆ। ਇਸ ਲਈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨ ਲਈ ਜਿਹੜੀਆਂ ਫਾਇਰ ਬ੍ਰਿਗੇਡ ਗੱਡੀਆਂ, ਉਹਨਾਂ ਦਾ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ। ਦੇਸ਼ ਵਿਦੇਸ਼ 'ਚ ਆਸਥਾ ਦਾ ਕੇਂਦਰ ਸ਼੍ਰੀ ਅਨੰਦਪੁਰ ਸਾਹਿਬ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਨੇ, ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਇੱਥੇ ਇੱਕ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਹੈ। ਇਹ ਗੱਡੀਆਂ ਨੰਗਲ ਅਤੇ ਰੋਪੜ ਤੋਂ ਆਉਂਦੀਆਂ ਨੇ, ਪਰ ਸੋਚੋ ਜੇਕਰ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਹੁੰਦੀ ਤਾਂ ਸਮਾਂ ਰਹਿੰਦੇ ਕਿੰਨੇ ਹੀ ਲੋਕਾਂ ਦੀ ਰੋਜ਼ੀ ਰੋਟੀ ਬਚਾਈ ਜਾ ਸਕਦੀ ਸੀ। ਪਰ ਅਫਸੋਸ, ਸਰਕਾਰਾਂ ਦਾਅਵੇ ਅਤੇ ਵਾਅਦੇ ਤਾਂ ਕਰਦੀਆਂ ਨੇ, ਪਰ ਨਿਭਾਉਣ ਵੇਲੇ ਸਭ ਗਾਇਬ ਹੋ ਜਾਂਦੇ ਨੇ। ਅਤੇ ਹੁਣ ਇਹ ਸਾਰੇ ਲੋਕ ਕੀ ਕਰਨਗੇ ਜਿਨ੍ਹਾਂ ਦਾ ਗੁਜ਼ਾਰਾ ਇਹਨਾਂ ਦੁਕਾਨਾਂ ਤੋਂ ਹੀ ਚੱਲਦਾ ਸੀ। ਸਭ ਦੀਆਂ ਅੱਖਾਂ ਵਿੱਚ ਹੰਝੂ ਨੇ ਅਤੇ ਦਿਮਾਗ ਵਿੱਚ ਇੱਕ ਹੀ ਸਵਾਲ, ਅਸੀਂ ਕੀ ਕਰੀਏ, ਕਿੱਥੇ ਜਾਈਏ, ਸਾਡਾ ਤਾਂ ਸਭ ਕੁਝ ਲੁੱਟ ਗਿਆ। ਸ਼੍ਰੀ ਅਨੰਦਪੁਰ ਸਾਹਿਬ ਤੋਂ ਚੁਵੇਸ਼ ਲਟਾਵਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ 1 ਮੋਡਿਊਲ 'ਚ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ ESS ਕੈਨੇਡਾ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563 9563।